ਉਧਰ ਕੈਨੇਡਾ ਦੇ ਵਿੱਚ ਜਸਟਿਸ ਟਰੂਡੋ ਤੋਂ ਅਸਤੀਫੇ ਦੀ ਮੰਗ ਨੇ ਜੋਰ ਫੜ ਲਿੱਤਾਗਾ ਤੁਹਾਨੂੰ ਦੱਸ ਦਈਏ ਬ੍ਰਿਟਿਸ਼ ਕੋਲੰਬੀਆ 'ਚ ਹੋਣ ਵਾਲੀ ਕਾਕਸ ਦੀ ਬੈਠਕ 'ਚ ਬੈਂਕ ਆਫ ਇੰਗਲੈਂਡ ਦੇ ਸਾਬਕਾ ਗਵਰਨਰ ਮਾਰਕ ਕਾਰਕੇ ਨੂੰ ਆਰਥਿਕ ਮਾਮਲਿਆਂ ਤੇ ਵਿਸ਼ੇਸ਼ ਸਲਾਹਕਾਰ ਨਿਯੁਕਤ ਕਰਨ ਦੀ ਰਸਮੀ ਐਲਾਨ ਵੀ ਕੀਤਾ ਜਾ ਸਕਦਾ ਹੈ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਟ੍ਰੋਡੋ ਨੇ ਕਿਹਾ ਕਿ ਮਾਰਕ ਕੋਲ ਦੇਸ਼ ਦੀ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਦਾ ਇੱਕ ਵੱਡਾ ਵਿਜ਼ਨ ਹੈਗਾ ਆ ਉਹ ਮੱਧ ਵਰਗ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ ਕੈਨੇਡਾ ਵਿੱਚ ਸਰਵੇਖਣ ਇਹ ਵੀ ਦੱਸਦੇ ਹਨ ਕਿ ਮੌਜੂਦਾ ਸਮੇਂ ਵਿੱਚ ਕਨਜ਼ਰਵੇਟਿਵ ਪਾਰਟੀ ਲਿਬਰਲ ਲਿਬਰਟਾ ਤੋਂ 15 ਤੋਂ 20 ਅੰਕਾਂ ਨਾਲ ਅੱਗੇ ਹੈਗੇ ਆ ਅਜੇ ਹੇਚ ਅਗਲੀਆਂ ਚੋਣਾਂ 'ਚ ਵੀ ਲਿਬਰਲ ਪਾਰਟੀ ਦੀ ਹਾਰ ਦੀ ਸੰਭਾਵਨਾ ਹੈ ਚੋਣਾਂ ਤੋਂ ਪਹਿਲਾਂ ਜਸਟਿਸ ਟਰੋਡੋ ਦਾ ਹਟਣਾ ਕਿਸੇ ਵੀ ਤਰ੍ਹਾਂ ਤੈਅ ਮੰਨਿਆ ਜਾ ਰਿਹਾ ਹੈ ਅਸਲ ਵਿੱਚ ਕੈਨੇਡਾ ਵਿੱਚ ਜਸਟਿਸ ਟਰੋਡੋ ਦੀ ਸਰਕਾਰ ਸੰਕਟ ਦਾ ਸਾਹਮਣਾ ਕਰ ਰਹੀ ਹੈਗੇ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਉਹਨਾਂ ਦੀ ਅਹਿਮ ਮੀਟਿੰਗ ਮੰਗਲਵਾਰ ਨੂੰ ਸ਼ੁਰੂ ਹੋਣ ਜਾ ਰਹੀ ਹੈ ਹਾਲਾਂਕਿ ਪਾਰਟੀ ਅੰਦਰੋਂ ਵੀ ਟਰੂਡੋ ਨਿਰਾਸ਼ ਮਹਿਸੂਸ ਕਰ ਰਹੇ ਹਨ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਐਲ ਜੈਂਡਰੋ ਮੈਂਡਲਸ ਨੇ ਕਿਹਾ ਕਿ ਪਾਰਟੀ ਦੇ ਅੰਦਰ ਵੀ ਅਜਿਹੀਆਂ ਆਵਾਜ਼ਾਂ ਉੱਠ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਨੂੰ ਹੁਣ ਅਲਵਿਦਾ ਕਹਿ ਦੇਣਾ ਚਾਹੀਦਾ ਹੈ ਉਹਨਾਂ ਪ੍ਰਧਾਨ ਮੰਤਰੀ ਅੱਗੋਂ ਵਜੋਂ ਟਰੂਡੋ ਦੀ ਤਾਰੀਫ਼ ਹੀ ਕੀਤੀ ਗਈ ਹੈ ਉਹ ਰੇਡੀਓ ਕੈਨੇਡਾ ਤੇ ਗੱਲਬਾਤ ਕਰ ਰਹੇ ਹਨ ਉਹਨਾਂ ਕਿਹਾ ਕਿ ਮੈਂ ਇੱਕ ਦੋ ਲੋਕਾਂ ਤੋਂ ਨਹੀਂ ਸਕੋ ਦਰਜਨਾ ਲੋਕਾਂ ਤੋਂ ਸੁਣਿਆ ਹੈ ਕਿ ਜਸਟਿਸ ਟਰੂਡੋ ਪਵਿਕ ਵਿੱਚ ਸਹੀ ਆਗੂ ਨਹੀਂ ਹਨ ਅਜਿਹੇ ਚ ਉਸ ਨੂੰ ਛੁੱਟੀ ਲੈਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਬਰੰਸਵਿਕ ਐਮਪੀ ਵੈਨ ਲੋਗ ਨੇ ਕਿਹਾ ਵੀ ਕਿ ਜਸਟਿਸ ਟਰੂਡੋ ਨੂੰ ਅਗਲੀਆਂ ਆਮ ਚੋਣਾਂ ਤੋਂ ਪਹਿਲਾਂ ਅਸਤੀਫਾ ਦੇਣ ਦੀ ਸਲਾਹ ਦਿੱਤੀ ਸੀ ਕੈਨੇਡਾ ਵਿੱਚ ਹੁਣ ਅਕਤੂਬਰ 2025 ਵਿੱਚ ਆਮ ਚੋਣਾਂ ਹੋਣੀਆਂ ਹਨ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਸਟਿਨ ਟਰੂਡੋ ਦੀ ਸਰਕਾਰ ਡਿੱਗਣ ਦੀ ਸੰਭਾਵਨਾ ਹੈ ਜੇਕਰ ਉਹਨਾਂ ਦੀ ਸਰਕਾਰ ਡਿੱਗਦੀ ਹੈ ਤੇ ਮੱਧ ਕਾਲੀ ਚੋਣਾ ਹੋ ਸਕਦੀਆਂ ਹਨ ਨਿਊ ਡੈਮੋਕਰੇਟਿਡ ਪਾਰਟੀ ਐਨ ਡੀ ਪੀ ਨੇ ਸਪਲਾਈ ਐਂਡ ਕੌਨਫੀਡੈਂਸ ਐਗਰੀਮੈਂਟ ਰੱਦ ਕਰਕੇ ਟਰੂਡੋ ਦੀ ਪਾਰਟੀ ਨਾਲੋਂ ਨਾਤਾ ਤੋੜ ਲਿਆ ਸੀ ਮਾਰਚ 2022 ਚ ਦੋਵਾਂ ਪਾਰਟੀਆਂ ਵਿੱਚ ਗਠਜੋੜ ਹੋਇਆ ਸੀ ਕੈਨੇਡਾ ਦੇ ਹਾਊਸ ਆਫ ਕਾਮਰਸ ਵਿੱਚ ਕੁਝ कुल 338 ਸੀਟਾਂ ਹਨ ਲਿਬਰਲ ਪਾਰਟੀ ਦੇ 154 ਸੰਸਦ ਮੈਂਬਰ ਹਨ ਐਨਡੀਪੀ ਦੀ ਹਮਾਇਤ ਵਾਪਸ ਲੈਣ ਨਾਲ ਸਰਕਾਰ ਘੱਟ ਗਿਣਤੀ ਵਿੱਚ ਰਹਿ ਗਈ ਹੈ